ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਆ ਲੋਕਤੰਤਰਿਕ ਸਰਕਾਰ ਨਹੀਂ ਹੈ ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ ਕੋਈ ਪਤਾ ਨਹੀਂ ਹੈ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ ਗੇਟ ਨੂੰ ਤਾਲੇ ਨਹੀਂ ਵੱਜੇ ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਹੈ ਕਹਿੰਦਾ ਇੱਕੋ ਸ਼ਬਦ ਲਿਖ ਦਿਓ ਕਿ ਬਾਦਲ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲੈ ਤੇ 나ਗਪੁਰ ਪਹੁੰਚਾ ਦੇ ਕਹਿੰਦੇ ਅਕਾਲ ਤਖ਼ਤ ਸਬ ਮਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੇ ਤੁਸੀਂ ਇਹ ਨਾ ਕੀਤਾ ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ ਇਹ ਲੋਕ ਸ੍ਰੀ ਅਕਾਲ ਤਖ਼ਤ ਸਭ ਤੇ ਚੜ ਕੇ ਆਉਣਗੇ ਇੱਕ ਮੈਂ ਕਹਿਣਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ ਜਿਵੇਂ ਕਿ ਹੈ ਕਿ ਸ਼੍ਰੋਮਣੀ ਕਮੇਟੀ ਮਾਂ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ ਸੀ ਕਹਿੰਦੇ ਹੈ ਸਿੱਖੋ ਇੱਕ ਬਿਰਤੀ ਹੁੰਦੀ ਹੈ ਸ਼ੇਰ ਬਿਰਤੀ ਇੱਕ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ ਤੁਸੀਂ ਸਿੱਖੋ ਸ਼ੇਰ ਬਿਰਤੀ ਧਾਰਨ ਕਰਨੀ ਹੈ ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨੀਆਵੀ ਕੋਰਟ ਵਾਂਗ ਕੋਰਟ ਨਹੀਂ ਹੈ ਇੱਥੇ ਕਿਸੇ ਨੂੰ ਸਜ਼ਾਵਾ ਨਹੀਂ ਮਿਲਦੀਆਂ ਇੱਥੇ ਜਿਹੜਾ ਵੀ ਆ ਕੇ ਨਿਮੋ ਝੁਣਾ ਹੋ ਕੇ ਝੁੱਕ ਕੇ ਮਾਫੀ ਮੰਗਦਾ ਆਪਣੇ ਗੁਨਾਹਾਂ ਦੀ ਉਹਨੂੰ ਮਾਫੀ ਮਿਲਦੀ ਹੈ ਕਿਉਂ ਕਿ ਕਿਉਂਕਿ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਧਰਨੇ ਲਾਉਣੇ ਨੇ ਲੀਡਰਾਂ ਦੇ ਬੂਹੇ ਮਰੇ ਲਾਓ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੂਹੇ ਮਰੇ ਕਦੇ ਧਰਨੇ ਭਾਈ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ ਜੁਗ ਜੁਗ ਅਟਲ ਲੋਕ ਪਰ ਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਰ੍ਹਾ ਮਨਾਇਆ ਜਾ ਰਿਹਾ ਹੈ ਮੈਂ ਇਸ ਮਹਾਨ ਦਿਹਾੜੇ ਦੀਆਂ ਆਪ ਹਾਜ਼ਰੀਨ ਸੰਗਤਾਂ ਨੂੰ ਤੇ ਮੀਡੀਆ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਅੱਜ ਦੇ ਇਸ ਇਕੱਠ ਦੇ ਵਿੱਚ ਮੇਰੇ ਬਹੁਤ ਹੀ ਸਨਮਾਨਜੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਮੇਰੇ ਸਾਥੀ ਤਾਕਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਕਸ਼ਰੀ ਕੇਸਗੜ੍ਹ ਸਾਹਿਬ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੇ ਮੁਖੀ ਸਹਿਬਾਨ ਬੈਠੇ ਨੇ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਗੱਜ ਕੇ ਫਤਿਹ ਪ੍ਰਵਾਨ ਕਰਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਾਰਾ ਮਨਾ ਰਹੇ ਹਾਂ ਤੇ ਜਿਨ੍ਹਾਂ ਯੋਧਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿੱਚ ਯੋਗਦਾਨ ਪਾਇਆ ਜੇ ਅੱਜ ਉਹਨਾਂ ਦਾ ਨਾਂ ਨਾ ਲਿਆ ਜਾਵੇ ਤੇ ਮੈਂ ਸਮਝਦਾ ਇਹ ਅਕਿਰਤ ਕੰਤਾ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਜਾਤ ਪਾਤ ਵਿਰੋਧੀ ਚੇਤਨਤਾ ਦੇ ਵਿੱਚੋਂ ਪੈਦਾ ਹੋਇਆ ਕਿਉਂਕਿ 11 ਅਕਤੂਬਰ 1920 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਹਿਬਾਨ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇੱਕ ਅਮਰਤ ਸੰਚਾਰ ਕਰਵਾਇਆ ਤੇ ਉਸ ਅਮਰਤ ਸੰਚਾਰ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅਮਰਤ ਪਾਨ ਕੀਤਾ 12 ਅਕਤੂਬਰ ਨੂੰ ਖਾਲਸਾ ਕਾਲਜ ਦੇ ਪ੍ਰੋਫੈਸਰ ਖਾਲਸਾ ਕਾਲਜ ਸ੍ਰੀ ਅਮਰਸਰ ਸਾਹਿਬ ਦੇ ਵਿਦਿਆਰਥੀ ਉਹਨਾਂ ਅਮਰਤ ਧਾਰੀ ਦਲਤਾਂ ਨੂੰ ਨਾਲ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਏ ਸਹਿਤ ਕੜਾ ਪ੍ਰਸ਼ਾਦ ਦੀ ਦੇਖ ਪਰ ਇੱਥੇ ਉਹ ਸਵਾਗਤ ਦੇ ਕਾਬਜ਼ ਮੁਜ਼ਾਰੀਆਂ ਨੇ ਉਹਨਾਂ ਦੀ ਦੇਗ ਨੂੰ ਪ੍ਰਵਾਨ ਕਰਨੋਂ ਇਨਕਾਰ ਕਰ ਕਰ ਦਿੱਤਾ ਉਸ ਵੇਲੇ ਮੇਰੀ ਕੌਮ ਦੇ ਤਿੰਨ ਯੋਧੇ ਜਥੇਦਾਰ ਕਰਤਾਰ ਸਿੰਘ ਛੱਬਰ ਜਥੇਦਾਰ ਤੇਜਾ ਸਿੰਘ ਪੁੱਚਰ ਤੇ ਜਥੇਦਾਰ ਤੇਜਾ ਸਿੰਘ ਚੂੜਕਾਣਾ ਇਹ ਬਟਾਲੇ ਦੀ ਧਰਤੀ ਦੇ ਉੱਤੇ ਇੱਕ ਸਮਾਗਮ ਦੇ ਵਿੱਚ ਕਵਤਾਵਾਂ ਪੜਨ ਵਾਸਤੇ ਗਏ ਹੋਏ ਸੀ ਤੇ ਸ਼ਾਮ ਨੂੰ ਇਹਨਾਂ ਨੇ ਚੂੜਕਾਣੇ ਵਾਲੀ ਟ੍ਰੇਨ ਫੜਨੀ ਸੀ ਪਰ ਵਾਯੂਗੁਰੂ ਦਾ ਐਸਾ ਸਬਬ ਹੋਇਆ ਕਿ ਉਹ ਟ੍ਰੇਨ ਜਿਹੜੀ ਸੀ ਇਹਨਾਂ ਜੋਧਿਆਂ ਦੀ ਮਿਸ ਹੋ ਗਈ ਸਾਰੀ ਰਾਤ ਇਹਨਾਂ ਤਿੰਨਾਂ ਨੇ ਰਾਤ ਜਿਹੜੀ ਸੀ ਉਹ ਬਟਾਲੇ ਸਟੇਸ਼ਨ ਦੇ ਉੱਤੇ ਕੱਟੀ ਅਗਲੇ ਦਿਨ ਸਵੇਰੇ 6 ਵਜੇ ਅਮਰਤ ਸਰਸਾਹ ਵਾਲੀ ਗੱਡੀ ਆਈ ਤੇ ਇਹਨਾਂ ਤਿੰਨਾਂ ਯੋਧਿਆਂ ਨੇ ਸ੍ਰੀ ਅਮਰਸਰ ਸਾਹ ਵਾਲੀ ਗੱਡੀ ਫੜ ਲਈ ਅਜੇ ਇੱਥੇ ਦਰਬਾਰ ਸਾਹਿਬ ਦੇ ਗੇਟਾਂ ਤੇ ਪਹੁੰਚੇ ਸੀ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪੁਜਾਰੀਆਂ ਨੇ ਅਮਰਤ ਧਾਰੀ ਦਲਦਪਾਈ ਚਾਰੇ ਦੇ ਲੋਕਾਂ ਦੀ ਦੇਖ ਪ੍ਰਵਾਨ ਕਰਨੋਂ ਇਨਕਾਰ ਕਰ ਦਿੱਤਾ ਜੁੱਧਿਆਂ ਨੂੰ ਦੁਕਾਨਾਂ ਦੇ ਉਤੇ ਸੱਟ ਕੇ ਇਹ ਤਿੰਨੇ ਜਿਹੜੇ ਸੀ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਪੁੱਛਿਆ ਉਸ ਵਕਤ ਦੇ ਪੁਜਾਰੀਆਂ ਨੂੰ ਕਿ ਕੀ ਗੱਲ ਐ ਭਾਈ ਤੁਸੀਂ ਇਹਨਾਂ ਦੀ ਦੇਖ ਕਿਉਂ ਨਹੀਂ ਪ੍ਰਵਾਨ ਕਰਦੇ ਉਹਨਾਂ ਨੇ ਇਨਕਾਰ ਕਰ ਦਿੱਤਾ ਬਹਿਸ ਹੋਈ ਹੁਕਮਨਾਮਾ ਲਿਆ ਹੁਕਮਨਾਮੇ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਆਖਿਆ ਕਿ ਇਹ ਜਿਹੜੇ ਦੱਬੇ ਕੁਚਲੇ ਭਾਈਚਾਰੇ ਦੇ ਲੋਕ ਨੇ ਇਹ ਸਤਕਾਰ ਤੇ ਮਾਣ ਦੇ ਹੱਕਦਾਰ ਨਹੀਂ ਕੜਾ ਪ੍ਰਸ਼ਾਦ ਦੀ ਦੇਖ ਪ੍ਰਵਾਨ ਹੋਈ ਲੇਕਿਨ ਪੁਜਾਰੀਆਂ ਨੇ ਦੇਖ ਜਿਹੜਾ ਸੀ ਉਹ ਛਗਣੋਂ ਇਨਕਾਰ ਕਰ ਦਿੱਤਾ ਤੇ ਫੇਰ ਸਰਦਾਰ ਕਰਤਾਰ ਸਿੰਘ ਛੱਬਰ ਨੇ ਕਿਹਾ ਕਿ ਹੁਣ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੀ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਅਸੀਂ ਭੇਟ ਕਰਾਂਗੇ ਇਹ ਸਾਰਾ ਜੱਥਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੜਾ ਪ੍ਰਸ਼ਾਦ ਦੀ ਦੇਗ ਪਹੁੰਚਿਆ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪ੍ਰਬੰਧਕ ਪੁਜਾਰੀ ਸੀ ਉਹ ਆਪਣੇ ਘਰਾਂ ਦੇ ਵਿੱਚ ਭੱਜ ਗਏ ਇਹਨਾਂ ਨੇ ਸੁਨੇਹੇ ਭੇਜੇ ਕਿ ਆਓ ਸਾਡੇ ਨਾਲ ਗੱਲ ਕਰੋ ਇਥੇ ਦੇਖ ਪ੍ਰਵਾਨ ਕਰੋ ਲੇਕਿਨ ਉਹਨੇ ਘਰੋਂ ਆਉਣੋਂ ਇਨਕਾਰ ਕਰ ਦਿੱਤਾ ਉਸ ਵਕਤ ਜਥੇਦਾਰ ਕਰਤਾਰ ਸਿੰਘ ਛੱਬਰ ਨੇ 25 ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਤੇ 25 ਸਿੰਘਾਂ ਦਾ ਜਥਾ ਤਿਆਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਜਿਹੜੀ ਸੀ ਜਥੇਦਾਰ ਤੇਜਾ ਸਿੰਘ ਪੁੱਤਰ ਨੂੰ ਸੌਂਪੀ ਤੇ ਉਹਨਾਂ 25 ਸਿੰਘਾਂ ਦੇ ਵਿੱਚੋਂ 10 ਸਿੰਘ ਜਿਹੜੇ ਸੀ ਉਹ ਦਲਤ ਭਾਈਚਾਰਿਆਂ ਦੇ ਵਿੱਚੋਂ ਸਨ ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਜਥੇਦਾਰ ਕਰਤਾਰ ਸਿੰਘ ਛੱਬਰ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਨੇ ਸੰਭਾਲ ਲਿਆ ਤੇ ਉਹ ਫਿਰ ਬੁਰਜ ਅਕਾਲੀ ਫੂਲਾ ਸਿੰਘ ਉਥੇ ਨਿਹੰਗ ਸਿੰਘ ਸਾਡੇ ਸਤਕਾਰਯੋਗ ਬੈਠੇ ਸੀ ਉਹਨਾਂ ਕੋਲੇ ਗਏ ਪੰਜ ਚਟੰਗੇ ਇੱਕ ਬਦਾਮਾਂ ਦੀ ਬੋਰੀ ਦੇ ਕੇ ਨਿਹੰਗਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲੀਆਂ ਤੋਂ ਕਬਜ਼ਾ ਛਡਾਓ 50 ਨਿਹੰਗ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਲੇਕਿਨ ਜਥੇਦਾਰ ਤੇਜਾ ਸਿੰਘ ਪੁੱਤਰ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਉਹ ਸਮਝ ਗਏ ਰੌਲਾ ਵਧਿਆ ਡਿਪਟੀ ਕਮਿਸ਼ਨਰ ਨੇ ਨੌ ਮੈਂਬਰੀ ਕਮੇਟੀ ਬਣਾਈ ਉਸ ਨੌ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਸਾਡੇ ਸਤਿਕਾਰਯੋਗ ਬੁੱਢਾ ਦਲ ਦੇ ਜਥੇਦਾਰ ਜੀ ਬੈਠੇ ਨੇ ਸਿੰਘ ਸਾਹਿਬ ਆਬਾ ਬਲਵੀਰ ਸਿੰਘ ਜੀ ਨੌ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਬੁੱਢਾ ਦਲ ਦੇ ਸ਼ਾਮਲ ਕੀਤੇ ਗਏ ਔਰ ਫੈਸਲਾ ਹੋਇਆ ਕਿ ਜਿੰਨਾ ਚਿਰ ਗੁਰਦੁਆਰਿਆਂ ਦਾ ਪੁਖਤਾ ਪ੍ਰਬੰਧ ਨਹੀਂ ਹੋ ਸਕਦਾ ਉਹਨਾਂ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਜੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣਗੇ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਨੇ ਸਮੁੱਚੇ ਪੰਥ ਨੂੰ ਆਵਾਜ਼ ਮਾਰੀ 15 ਤੇ 16 ਨਵੰਬਰ ਨੂੰ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਕੀਤਾ ਔਰ ਉਸ ਵੱਡੇ ਇਕੱਠ ਦੇ ਵਿੱਚ ਸਿੱਖ ਡਾਕਟਰ ਸਿੱਖ ਵਕੀਲ ਸਿੱਖ ਪ੍ਰੋਫੈਸਰ ਸਿੱਖ ਵਿਦਿਆਰਥੀ ਸਿੱਖ ਸਕਾਲਰ ਸਿੱਖ ਵੈਦ ਇਥੋਂ ਤੱਕ ਕਿ ਸਿੱਖ ਫੌਜੀ ਵੀ ਜਿਹੜੇ ਸੀ ਉਹ ਸ਼ਾਮਲ ਹੋਏ ਤੇ ਫਿਰ ਜਦੋਂ ਸਾਰੇ ਸਿੱਖ ਫੌਜੀ ਸ਼ਾਮਲ ਹੋਏ ਤੇ ਉਸ ਇਕੱਠ ਦੇ ਵਿੱਚ ਫਿਰ ਜਥੇਦਾਰ ਤੇਜਾ ਸਿੰਘ ਪੁਚਰ ਜਥੇਦਾਰ ਕਰਤਾਰ ਸਿੰਘ ਚੱਬਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਪਰ ਸਰਕਾਰ ਜਿਹੜੀ ਆ ਉਹ ਘਬਰਾ ਗਈ ਸਰਕਾਰ ਨੇ 2 ਦਿਨ ਪਹਿਲਾਂ ਪਟਿਆਲਾ रियासत ਦੇ ਰਾਜੇ ਦੇ ਰਾਹੀਂ 35 ਮੈਂਬਰੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਜਿਹਦੇ ਵਿੱਚ 35 ਮੈਂਬਰ ਆਪਣੇ ਵਫਾਦਾਰ ਜਿਹੜੇ ਸੀ ਉਹ ਪਾ ਦਿੱਤੇ ਸ਼ਾਮਲ ਕਰ ਦਿੱਤੇ ਪਰ ਸਾਡੇ ਬਜ਼ੁਰਗਾਂ ਦੀ ਸਿਆਨਬ ਦੇਖੋ ਜਿਸ ਦਿਨ 15 ਤੇ 16 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ 175 ਕੇ 70 ਮੈਂਬਰ ਜਿਹੜੇ ਸੀ ਉਹ ਚੁਣੇ ਗਏ ਉਹਨਾਂ 170 ਮੈਂਬਰਾਂ ਦੇ ਵਿੱਚੋਂ ਸਰਕਾਰ ਦੇ 35 ਮੈਂਬਰ ਜਿਹੜੇ ਸੀ ਉਹ ਵੀ ਵਿੱਚ ਮਰਜ ਕਰ ਲੇ ਵੀ ਰੌਲਾ ਨਾ ਪਵੇ ਸਰਕਾਰ ਨੂੰ ਮੌਕਾ ਨਾ ਮਿਲੇ ਸਾਡੀ ਵਿਰੋਧਤਾ ਕਰਨ ਦਾ ਇਹ ਸਾਡੇ ਬਜ਼ੁਰਗਾਂ ਦੀ ਇੱਕ ਸਿਆਨਪ ਸੀ ਸਾਡੇ ਬਜ਼ੁਰਗਾਂ ਦੀ ਸਮਝਦਾਰੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਾਇਮ ਹੋਈ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਸਿਰਫ ਦੋ ਕੰਮ ਜਿਹੜੇ ਆ ਉਹ ਉਲੀਕੇ ਗਏ ਕਰਨ ਦੇ ਲਈ ਪਹਿਲਾ ਕੰਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਨੂੰ ਆਵਾਜ਼ ਮਾਰਦਿਆਂ ਇਹ ਕਰਨ ਵਾਸਤੇ ਕਿਹਾ ਗਿਆ ਕਿ तमाम ਸੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰੇਗੀ ਤੇ ਦੂਸਰਾ ਦੂਸਰਾ ਜਿਹੜਾ ਕਾਰਜ ਜਿਹੜਾ ਸਿ ਪੰਥ ਨੂੰ ਸੌਪਿਆ ਗਿਆ ਉਹ ਇਹ ਸੌਪਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਹਿਯੋਗ ਦੇ ਨਾਲ ਇਹਨਾਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੂਗੀ ਜਿਹੜੀ ਮਹੰਤਾਂ ਪੁਜਾਰੀਆਂ ਨੇ ਵਿਗਾੜ ਦਿੱਤੀ ਹੈ ਤਾਂ ਇਹ ਦੋ ਕਾਰਜ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਏਜੰਡੇ ਦੇ ਉੱਤੇ ਰੱਖੇ ਔਰ ਦੋਨੇ ਕਾਰਜ ਜਿਹੜੇ ਕਰਨ ਦੇ ਲਈ ਮੁਹਿਮ ਜਿਹੜੀ ਆ ਉਹ ਵਢ ਦਿੱਤੀ ਉਸ ਸਮੇਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰੋਧਤਾ ਸ਼ੁਰੂ ਹੋ ਗਈ ਪੁਜਾਰੀਆਂ ਨੇ ਪਿੰਡ-ਪਿੰਡ ਜਾ ਕੇ ਹੋਕੇ ਦਿੱਤੇ ਕਿਉਂ ਲੋਕੋ ਧਿਆਨ ਦੇ ਨਾਲ ਸੁਣੋ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਦਲਤਾਂ ਦਾ ਕਬਜ਼ਾ ਹੋ ਗਿਆ ਪਿੰਡਾਂ ਦੇ ਵਿੱਚੋਂ ਜਿਹੜੇ ਉੱਚ ਜਾਤੀ ਆ ਭਵਾਨੀ ਲੋਕ ਸੀ ਉਹ ਇਕੱਠੇ ਹੋ ਕੇ ਆਏ ਜਥੇਦਾਰ ਤੇਜਾ ਸਿੰਘ ਪੁੱਛਰ ਨੇ ਉਹਨਾਂ ਨੂੰ ਸਮਝਾਇਆ ਔਰ ਹੈਰਾਨੀ ਦੀ ਗੱਲ ਕਿ ਜਿਹੜੇ ਲੋਕ ਪੁਜਾਰੀਆਂ ਦੇ ਬਹਿਕਾਵੇ ਦੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਇਕੱਠੇ ਹੋ ਕੇ ਕਬਜ਼ਾ ਛਡਾਉਣ ਵਾਸਤੇ ਆਏ ਸੀ ਉਹਨਾਂ ਵਿੱਚੋਂ ਜਥੇਦਾਰ ਤੇਜਾ ਸਿੰਘ ਪੁੱਤਰ ਤੇ ਜਥੇਦਾਰ ਕਰਤਾਰ ਸਿੰਘ ਛੱਬਰ ਨੇ 15-15 ਨੌ ਜਵਾਨ ਜਿਹੜੇ ਸੀ ਆਪਣੀ ਸੈਨਾ ਚ ਭਰਤੀ ਕਰ ਲਏ ਜਥੇ ਚ ਭਰਤੀ ਕਰ ਲਏ ਫਿਰ 부ਜ਼ਾਰੀਆਂ ਨੇ ਜਿਹੜਾ ਸੀ ਜਦੋਂ ਦੇਖਿਆ ਕਿ ਇਹ ਵੀ ਸਾਡੀ ਗੱਲ ਦਾਲ ਨਹੀਂ ਗਲੀ ਸਾਡੀ ਗੱਲ ਨਹੀਂ ਗਲੀ ਫਿਰ 부ਜ਼ਾਰੀਆਂ ਨੇ ਅੰਮ੍ਰਿਤਸਰ ਸਾਹਿਬ ਦੇ ਗੁੰਡਿਆਂ ਨੂੰ ਜਿਹੜਾ ਸੀ ਖਰੀਦਿਆ ਕਿ ਜਾ ਕੇ ਅਕਾਲੀਆਂ ਤੋਂ ਕਬਜ਼ਾ ਛਡਾਓ ਤੇ ਜਥੇਦਾਰ ਕਰਤਾਰ ਸਿੰਘ ਛੱਬਰ ਦੀ ਡੈਰੀ ਇਹ ਦੱਸਦੀ ਹੈ ਕਿ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਉਸ ਵਕਤ ਅਕਾਲੀ ਵਰਕਰਾਂ ਨੂੰ ਕਿਹਾ ਅਕਾਲੀ ਵਰਕਰਾਂ ਨੂੰ ਕਿਹਾ ਉਸ ਵਕਤ ਕਿ ਜਿਹੜਾ ਇਹ ਕਹਿੰਦਾ ਹੈ ਕਿ ਤਖਤ ਸ੍ਰੀ ਅਕਾਲ ਤਖਤ ਸਭ ਦਾ ਪ੍ਰਬੰਧ ਅਸੀਂ ਲੈਣਾ ਹੈ ਡਾਂਗਾਂ ਦੇ ਨਾਲ ਉਹਦਾ ਮੂੰਹ ਬੰਨ੍ਹ ਦੋ ਤੇ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚੋਂ 100 ਡਾਂਗਾਂ ਜਿਹੜੀਆਂ ਅਸੀਂ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁੰਡਿਆਂ ਦਾ ਟੱਕਰਾ ਕਰਨ ਵਾਸਤੇ ਖਰੀਦੀਆਂ ਇੱਥੇ ਹੀ ਬਸ ਨਹੀਂ ਕੀਤਾ ਜਥੇਦਾਰ ਤੇਜਾ ਸਿੰਘ ਪੁੱਚਰ ਨੇ ਪਿੰਡ-ਪਿੰਡ ਸਿੱਖ ਸੰਗਤਾਂ ਨੂੰ ਚੇਤਨਨ ਕਰਨ ਵਾਸਤੇ ਦੋ ਅਖਬਾਰ ਜਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਇੱਕ ਗੜਗੱਜ ਅਕਾਲੀ ਤੇ ਦੂਜਾ ਬੱਬਰ ਅਕਾਲੀ ਇਹ ਦੋ ਅਖਬਾਰ ਜਿਹੜੇ ਸੀ ਜਥੇਦਾਰ ਤੇਜਾ ਸਿੰਘ ਪੁੱਚਰ ਨੇ ਚਾਲੂ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਹਨਾਂ ਦੋਨਾਂ ਅਖਬਾਰਾਂ ਨੇ ਸਿੱਖ ਸੰਗਤਾਂ ਦੇ ਅੰਦਰ ਇੱਕ ਨਵਾਂ ਜੋਸ਼ ਤੇ ਪ੍ਰਚਾਰ ਪ੍ਰਸਾਰ ਜਿਹੜਾ ਸੀ ਉਹ ਕਰਕੇ ਇੱਕ ਚੇਤਨਾ ਭਰਨ ਦਾ ਕਾਰਜ ਕੀਤਾ ਲੋਕ ਵੱਧ ਤੋਂ ਵੱਧ ਸਿੱਖ ਜਿਹੜੇ ਪਚਾਰੀਆਂ ਦੇ ਬਹਿਕਾਵੇ ਦੇ ਵਿੱਚ ਆਏ ਸੀ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਜੁੜਨੇ ਸ਼ੁਰੂ ਹੋ ਗਏ ਹੋਰ ਵਲੰਟੀਅਰਾਂ ਦੀ ਲੋੜ ਪਈ ਹੋਰ ਜਦੋਂ ਵਲੰਟੀਅਰਾਂ ਦੀ ਲੋੜ ਪਈ ਔਰ ਇੱਕ ਸਿਆਸੀ ਮਜ਼ਬੂਤ ਧੜਾ ਬਣਾਉਣ ਦੀ ਲੋੜ ਪਈ ਤਾਂ ਜਥੇਦਾਰ ਤੇਜਾ ਸਿੰਘ ਪੁੱਤਰ ਨੇ 1 ਮਹੀਨੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੋਹਰ ਨੇ ਬਿਲਕੁਲ درست ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਤੋਂ ਮੋੜ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਹ ਨਹੀਂ ਕਿ ਅੱਜ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਜਨਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਹੀ ਹੈ ਮੁਕਾਬਲਾ ਕਰਦਾ ਆ ਰਹੀ ਹੈ 84 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂ ਦੇ ਰਾਹੀਂ ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚੰਦ ਸਿੰਘ ਟੋੜਾ ਵਰਗੇ ਜਿਹੜੇ ਸਨ ਬੜੇ ਚੇਤਾਨਣ ਸਨ ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਨ ਦਿੱਤੀ ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੈਦਾ ਹੁੰਦਾ ਹੋਊਗਾ ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਵੰਗ ਕਰਨਾ ਚਾਹੁੰਦੀ ਹੈ ਟਰਸਟ ਬਣਾ ਕੇ ਬੋਰਡ ਬਣਾ ਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਟ ਦੇ ਅੰਦਰ ਇੱਕ ਸਟੇਟ ਹੈ ਭਾਰਤ ਦੇ ਅੰਦਰ ਇੱਕ ਸਟੇਟ ਹੈ ਆਜ਼ਾਦ ਸਟੇਟ ਦਾ ਰਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਰਕੇ ਭਾਰਤੀ ਹੁਕਮਰਾਨਾਂ ਦੀ ਅੱਖ ਦੇ ਵਿੱਚ ਚੁੱਭਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੀਆ ਕਾਲ ਤੱਕ ਇਸ ਸਿੱਖ ਚੇਤਨਾ ਦਾ ਹਿੱਸਾ ਹੈ ਸਾਧ ਸੰਗਤ ਜੀ ਸਿੱਖ ਚੇਤਨਾ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ ਇੱਥੇ ਕਿਸੇ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਇੱਥੇ ਜਿਹੜਾ ਵੀ ਆ ਕੇ ਨਿਮੋ ਚੁਣਾ ਹੋ ਕੇ ਝੁੱਕ ਕੇ ਮਾਫੀ ਮੰਗਦਾ ਆਪਣੇ ਗੁਨਾਹਾਂ ਦੀ ਉਹਨੂੰ ਮਾਫੀ ਮਿਲਦੀ ਹੈ ਕਿਉਂ ਕਿ ਕਿਉਂਕਿ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਅੱਜ ਅਸੀਂ ਕੀ ਦੇਖ ਰਹੇ ਹਾਂ ਅੱਜ ਫੇਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ। ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰगोਬਿੰਦ ਸਾਹਿਬ ਜਿਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ ਸੀ। ਕਹਿੰਦੇ ਐ ਸਿੱਖੋ ਇੱਕ ਬਿਰਤੀ ਹੁੰਦੀ ਐ ਸ਼ੇਰ ਬਿਰਤੀ ਇੱਕ ਬਿਰਤੀ ਹੁੰਦੀ ਐ ਕੁੱਤਾ ਬਿਰਤੀ। ਤੁਸੀਂ ਸਿੱਖੋ ਸ਼ੇਰ ਬਿਰਤੀ ਧਾਰਨ ਕਰਨੀ ਐ। ਸਿੱਖਾਂ ਨੇ ਪੁੱਛਿਆ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰगोਬਿੰਦ ਸਾਹਿਬ ਨੂੰ ਕਹਿੰਦੇ ਮਹਾਰਾਜ ਸ਼ੇਰ ਬਿਰਤੀ ਕੀ ਹੁੰਦੀ ਐ ਕੁੱਤਾ ਬਿਰਤੀ ਕੀ ਹੁੰਦੀ ਐ? ਕਹਿੰਦੇ ਜਦੋਂ ਕੋਈ ਕੁੱਤੇ ਦੇ ਡਾਂਗ ਮਾਰੇ ਨਾ ਤੇ ਕੁੱਤਾ ਡਾਂਗ ਫੜਦਾ ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ ਤੇ ਸ਼ੇਰ ਵਰਤੀ ਕੀ ਹੁੰਦੀ ਹੈ ਕਹਿੰਦੇ ਸ਼ੇਰ ਵਰਤੀ ਹੁੰਦੀ ਹੈ ਸ਼ੇਰ ਤੇ ਜਦੋਂ ਕੋਈ ਡਾਂਗ ਮਾਰਦਾ ਹੈ ਸ਼ੇਰ ਡਾਂਗ ਵੱਲੇ ਨਹੀਂ ਝਾਕਦਾ ਸ਼ੇਰ ਮਾਰਨ ਵਾਲੇ ਵੱਨੀ ਝਾਕਦਾ ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ ਸ਼ੇਰ ਉਸ ਵੱਲ ਵੇਖਦਾ ਸਿੱਖੋ ਤੁਸੀਂ ਸ਼ੇਰ ਵਰਤੀ ਧਾਰਨ ਕਰਨੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ ਬਲਕਿ ਇਹ ਦੇਖੋ ਕਿ ਉਹਨਾਂ ਨੂੰ ਭੇਜਣ ਵਾਲੇ ਕੌਣ ਨੇ ਉਹਨਾਂ ਨੂੰ ਇੱਥੇ ਕੱਲਣ ਵਾਲੇ ਕੌਣ ਨੇ ਅੱਜ ਸਾਨੂੰ ਫੇਰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਭਗਤ ਹੋ ਗਿਆ ਮੈਂ ਬਹੁਤਾ ਲੰਬਾ ਸਮਾਂ ਨਹੀਂ ਲੈਣਾ ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੈਂ ਕਹਣਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ ਜਿਵੇਂ ਕਿ ਆ ਕਿ ਸ਼੍ਰੋਮਣੀ ਕਮੇਟੀ ਮਾਂ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਵਰੇ ਗੰਡ ਵੀ ਬਣਾਉਣ ਜਾ ਰਿਹਾ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫਰ ਜਿਹੜਾ ਹੈ ਉਹ ਪਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ ਦੂਸਰੀ ਗੱਲ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ ਗੇਟ ਨੂੰ ਤਾਲੇ ਨਹੀਂ ਵੱਜੇ ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਵਿੱਖ ਦੇ ਵਿੱਚ ਜੇ ਕਿਸੇ ਫਿਰ ਸਿਰਫਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ ਇੱਥੇ ਸ੍ਰੀ ਅਮਰਸਰ ਸਾਹਿਬ ਵਹਿਰਾ ਘੱਟ ਕੇ ਆਏ ਹੋ ਕਾਂਕੇ ਕੋਈ ਦੁੱਕੀ ਦੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ ਅੱਜ ਅਸੀਂ ਕੀ ਦੇਖ ਰਹੇ ਹਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਹੈ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣਦੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਤਾਂ ਹੋਇਆ ਕੀ ਹੈ ਇਹ ਜਾਣਨਾ ਚਾਹੁੰਦੀ ਹੈ ਸਿੱਖ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਕ腐ਪਸ਼ਨ ਦਾ ਮਾਮਲਾ ਹੈ ਕੋਤੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਟਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਐਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਜਿਹੜੇ 267 ਸਰੂਪ ਨੇ ਰਿਕਾਰਡ ਦੇ ਵਿੱਚੋਂ ਕਾਟੇਨਾਂ ਦੀ ਪੜਤਾਲ ਕਰੇ ਤਸਰੀ ਅਕਾਲ ਤਖਸੈ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫੇਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਈਸਰ ਸਿੰਘ ਨੇ ਕਿਹਾ ਇਸ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਕਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪੜਤਾਲ ਮੁਕੰਮਲ ਹੋਈ ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੂਪ ਕਿੱਥੇ ਨੇ ਪੜ ਲਓ ਪੜਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ ਗੁਰਦਵਾਰਾ ਕਮੇਟੀਆਂ ਪਾਸ ਗਏ ਨੇ 2008 ਤੋਂ ਪਹਿਲਾਂ ਭਾਈ ਚਦਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਹੈ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਸ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਅਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਵੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਨੇ ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਇਹ ਦਮਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਡਦੀ ਹੈ ਸੰਗਤਾਂ ਨੂੰ ਦਿੰਦੀ ਹੈ ਪੇਟਾ ਰਹਿਤ ਦਿੰਦੀ ਐ ਤੇ ਦਮਦਮੇ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ ਕਿੱਥੇ-ਕਿੱਥੇ ਦਿੱਤੇ ਨੇ ਕਿੱਥੋਂ-ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਘਟੇ ਨੇ ਇਹਨਾਂ ਦੀ ਪੈਸੇ ਖਾਦੇ ਨੇ ਬੇਈਮਾਨੀ ਕੀਤੀ ਐ ਮੁਲਾਜ਼ਮਾ ਨੇ ਤੇ ਜਿਹੜੇ ਮੁਲਾਜ਼ਮਾ ਨੇ ਬੇਈਮਾਨੀ ਕੀਤੀ ਐ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਅੱਜ ਕਹੀ ਜਾ ਰਹੇ ਨੇ ਕਿੱਥੇ ਨੇ ਸਰੂਪ ਕਿੱਥੇ ਨੇ ਸਰੂਪ ਮੈਂ ਜਦੋਂ ਪੜਤਾਲ ਚਲਦੀ ਸੀ ਨਾ ਤੇ ਇੱਕ ਪਧਰਪੁਰਸ਼ ਵਿਦਵਾਨ ਮੇਰੇ ਕੋਲੇ ਆਇਆ ਕਹਿਣ ਲੱਗਿਆ ਜੀ ਇੱਕ ਗੱਲ ਦੱਸਾਂ ਮੈਂ ਕਿਹ ਦੱਸੋ ਕਹਿੰਦਾ ਜਿੰਨੇ ਮਰਜੀ ਰਜਿਸਟਰਰ ਫਰੋਲੀ ਜਾਂ ਸਵੇਰੇ 6 ਵਜੇ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗਵਾਹ ਨੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੜਤਾਲ ਚਲਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਰਜਿਸਟਰ ਫਰੋਲੇ ਜਾਂਦੇ ਸੋ ਉਹ ਮਹਾਤਮਾ ਉਹ ਪਧਰਪੁਰਸ਼ ਕਹਿਣ ਲੱਗਿਆ ਕਹਿੰਦਾ ਜੀ ਇੰਨੇ ਰਜਿਸਟਰ ਫਰੋਲਣਾਂ ਦੀ ਲੋੜ ਨਹੀਂ ਹੈ ਇਹ ਨਾ ਰਜਿਸਟਰ ਫਲੋਲਣ ਦੀ ਲੋੜ ਨਹੀਂ ਆ ਤੁਸੀਂ ਜਾਚ ਰਿਪੋਰਟ ਦੇ ਵਿੱਚ ਇੱਕ ਸ਼ਬਦ ਲਿਖ ਦਿਓ ਫਿਰ ਕਹਿੰਦਾ ਇਹ ਕਿਹਾ ਜਾਊਗਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦਾ ਸਿੱਖ ਪੰਥ ਦੀ ਸ਼ਾਨ ਹੈ ਮੈਂ ਕਿਹਾ ਕਿਹੜਾ ਸ਼ਬਦ ਲਿਖ ਦੀਏ ਪੜਤਾਲ ਰਿਪੋਰਟ ਦੇ ਵਿੱਚ ਇੱਕ ਕਹਿੰਦਾ ਇੱਕੋ ਸ਼ਬਦ ਲਿਖ ਦਿਓ ਕਿ ਬਾਦਲ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰੈਸ ਤੋਂ ਲੈ ਤੇ ਨਾਗਪੁਰ ਪਹੁੰਚਾ ਤੇ ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੇ ਤੁਸੀਂ ਇਹ ਨਾ ਕੀਤਾ ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਚੜ ਕੇ ਆਉਣਗੇ ਔਰ ਉਹੀ ਗੱਲ ਹੋਈ ਉਹਦੀ ਸੱਚੀ ਗੱਲ ਹੋਈ ਸੱਚੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਬਮਿਟ ਹੋਈ ਲੇਕਿਨ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ ਕੇ ਆਈ ਧਰਨੇ ਲਾਉਣੇ ਨੇ ਲੀਡਰਾਂ ਦੇ ਬੂਹੇ ਮਰੇ ਲਾਓ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੂਹੇ ਮਰੇ ਕਦੇ ਧਰਨੇ ਭਾਈ ਇਹ ਧੰਗ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ ਜਿੱਥੋਂ ਜਦੋਂ ਅਸੀਂ ਇੱਥੇ ਤਲਵਾਰਾਂ ਲਹਿਰਾ ਕੇ ਜਕਾਰੇ ਛੱਡਦੇ ਹਾਂ ਦੁਨੀਆ ਦੇ ਸਿੱਖ ਨਹੀਂ ਵੇਂਦੇ ਸਾਡੇ ਜਕਾਰਿਆਂ ਨੂੰ ਤੇ ਸਾਡੀਆਂ ਲਹਿਰਾਈਆਂ ਤਲਵਾਰਾਂ ਨੂੰ ਹਿੰਦੂ ਵੀ ਵੇਖਦੇ ਨੇ ਮੁਸਲਮਾਨ ਵੀ ਵੇਖਦੇ ਨੇ ਸਾਡਾ ਕੀ ਪ੍ਰਭਾਵ ਜਾਂਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਦਰਦੇ ਤੇ ਪ੍ਰਕਰਮਾਂ ਦੇ ਵਿੱਚ ਜਦੋਂ ਅਸੀਂ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾਉਨੇ ਆ ਤੇ ਸਾਡਾ ਮੀਡੀਆ ਦੁਨੀਆ 'ਚ ਪਹੁੰਚਾਉਂਦਾ ਹੈ ਕਿ ਸਿੱਖ ਵੇਖਦੇ ਨੇ ਮੁਸਲਮਾਨ ਵੀ ਵੇਖਦੇ ਨੇ ਹਿੰਦੂ ਵੀ ਵੇਖਦੇ ਨੇ ਉਥੇ ਜੈਨੀ ਵੀ ਵੇਖਦੇ ਨੇ ਸਾਡਾ ਮਜ਼ਾਕ ਅਡਾਉਂਦੇ ਨੇ ਤੇ ਇਹ ਲੋਕ ਸਾਡਾ ਮਜ਼ਾਕ ਬਣਾ ਰਹੇ ਨੇ ਅੱਜ ਲੋੜ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਦੀ ਮੈਂ ਇੱਕ ਵਾਰੀ ਫੇਰ ਇਹ ਸ਼ਬਦ ਕਹਿਣਾ ਚਾਹਾਂਗਾ ਕਿ ਸ਼ੇਰ ਵਰਤੀ ਧਾਰਨ ਕਰੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸ਼ੇਰ ਵਰਤੀ ਧਾਰਨ ਕਰੋ ਤੁਸੀਂ ਇਹਨਾਂ ਲੋਕਾਂ ਨੂੰ ਨਾ ਵੇਖੋ ਇਹਨਾਂ ਉਹਨਾਂ ਨੂੰ ਵੇਖੋ ਜਿਹੜੇ ਇਹਨਾਂ ਨੂੰ ਭੇਜ ਰਹੇ ਹਨ ਉਹਨਾਂ ਨੂੰ ਜਾਣਨ ਦਾ ਯਤਨ ਕਰੋ ਜਿਹੜੇ ਇਹਨਾਂ ਨੂੰ ਬਿਠਾ ਰਹੇ ਹਨ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ ਤਾਂ ਮੈਂ ਅੰਤ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ ਸਾਰਾ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਸਾਡੀਆਂ ਜਿੰਨੀਆਂ ਵੀ ਪੰਥਕ ਕਿਤਾਬਾਂ ਪੁਸਤਕਾਂ ਲਿਖੀਆਂ ਨੇ ਸਾਰਿਆਂ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਦੇ ਉੱਤੇ ਅਪਲੋਡ ਕੀਤਾ ਜਾਏ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਤਾਂ ਕਿ ਜਿਸ ਸਿੱਖ ਨੂੰ ਵੀ ਦੁਨੀਆ ਭਰ ਦੇ ਵਿੱਚੋਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਦੀ ਲੋੜ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੋਂ ਸਤਕਾਰ ਦੇ ਸਹਿਤ ਥੈਂਟਿਕ ਜਿਹੜਾ ਹੈ ਉਹ ਸਵਾਲ ਦਾ ਜਵਾਬ ਪ੍ਰਾਪਤ ਕਰੇ ਮੈਂ ਫੇਰ ਇੱਕ ਵਾਰੀ ਕਹਿਣਾ ਚਾਹਣਾ ਹੈ ਪਿੰਡਾਂ ਦੇ ਵਿੱਚ ਬੈਠੇ ਸਾਡੇ ਸਿੱਖ ਭਰਾਵਾਂ ਨੂੰ ਕਸਬਿਆਂ ਨੂੰ ਕਸਬਿਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਿ ਗੁੰਮਰਾਹ ਹੋਣ ਦੀ ਸਾਧ ਸੰਗਤ ਜੀ ਲੋੜ ਨਹੀਂ ਹੈ ਬਹੁਤ ਕੁਝ ਸ਼ਰੋਮਣੀ ਕਮੇਟੀ ਨੂੰ ਦਬਾਉਣ ਵਾਸਤੇ ਖਤਮ ਕਰਨ ਵਾਸਤੇ ਹੋ ਰਿਹਾ ਇੱਕ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਆ ਗਈਆਂ ਅਸੀਂ ਜਾਤ ਅਪਮਾਨੀ ਬਣ ਗਏ ਆਪਣੇ ਨਾਂ ਦੇ ਪਿੱਛੇ ਆਪਣਾ ਗੋਤ ਲਾਉਣਾ ਜਿਹੜਾ ਕਦੇ ਨਹੀਂ ਪੁੱਲਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਦੇ ਉੱਤੇ ਕਿਹਾ ਗਿਆ ਕਿ ਪਾਹੀ ਆਪਣੇ ਨਾਵਾਂ ਦੇ ਪਿੱਛੇ ਗੋਤ ਸ਼ਬਦ ਜਿਹੜੇ ਆ ਲਾਉਣੇ ਬੰਦ ਕਰ ਦੋ ਬੰਦ ਕਰ ਦਿਓ ਲੇਕਿਨ ਬੰਦ ਨਹੀਂ ਹੋਏ ਵਿਚਾਲੋਂ ਸਿੰਘ ਸ਼ਬਦ ਜਿਹੜਾ ਸੀ ਉਹ ਲਿਖਣਾ ਬੰਦ ਹੋ ਗਿਆ ਇਹਨੂੰ ਖੁਸ਼ੀ ਹੈ ਕਿ ਅੱਜ ਸਵੇਰੇ ਪੰਜਾਬ ਦੇ ਬਹੁਤ ਵੱਡੇ ਲੀਡਰ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਦੇ ਨਾਮ ਨਾਲ ਜਾਣਦਾ ਉਹਨਾਂ ਨੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਲਿਖਤੀ ਪੜਨ ਕੀਤਾ ਕਿ ਅੱਜ ਤੋਂ ਬਾਅਦ ਬਰਾੜ ਸ਼ਬਦ ਜਿਹੜਾ ਹੈ ਮੈਂ ਆਪਣੇ ਨਾਂ ਦੇ ਪਿੱਛੇ ਜਿਹੜਾ ਹੈ ਉਹ ਕਦੇ ਨਹੀਂ ਲਾਊਂਗਾ ਮੈਂ ਆਪਣੇ ਆਧਾਰ ਕਾਰਡ ਦੇ ਵਿੱਚ ਆਪਣੇ ਵੋਟ ਕਾਰਡ ਦੇ ਵਿੱਚ ਵੀ ਬਰਾੜ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਨਹੀਂ ਕਰੂੰਗਾ ਔਰ ਇਸ ਗੱਲ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਸਵਾਗਤ ਹੈ ਦੁਨੀਆ ਭਰ ਦੇ ਵਿੱਚ ਬੈਠੇ ਸਿੱਖੋ ਅੱਜ ਫੇਰ ਲੋੜ ਹੈ ਤੁਹਾਡੀ ਕਿਉਂ ਕਿਉਂਕਿ ਹੁਣ ਫੇਰ ਹਿੰਦੁਸਤਾਨ ਦੇ ਉੱਤੇ ਕੋਈ ਲੋਕਤੰਤਰੀ ਸਰਕਾਰ ਨਹੀਂ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਆ ਲੋਕਤੰਤਰਿਕ ਸਰਕਾਰ ਨਹੀਂ ਹੈ ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ ਕੋਈ ਪਤਾ ਨਹੀਂ ਹੈ ਜੇ ਅਸੀਂ ਇਕੱਠੇ ਨਾ ਹੋਏ ਤੇ ਸਾਨੂੰ ਖਖੜੀਆਂ ਕਰੇਲੇ ਕਰ ਦੇਗੀ ਹੋ ਰਹੇ ਇਸ ਕਰਕੇ ਜ਼ਰੂਰਤ ਐਸ ਗੱਲ ਦੀ ਕਿ ਛੋਟੇ ਛੋਟੇ ਮੱਤ ਭੇਦ ਭੁਲਾ ਕੇ ਛੋਟੇ ਛੋਟੇ ਵਿਤਕਰੇ ਭੁਲਾ ਕੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ ਅੱਜ ਸੰਤ ਮਹਾਤਮਾ ਬੈਠੇ ਨੇ ਨਿਰਮਲੇ ਬੈਠੇ ਨੇ ਉਦਾਸੀ ਬੈਠੇ ਨੇ ਨਿਹੰਗ ਸਿੰਘ ਬੈਠੇ ਨੇ ਨਿਰਮਲਿਆਂ ਦੇ ਖਿਲਾਫ ਬੋਲਿਆ ਗਿਆ ਅਸੀਂ ਚੁੱਪ ਰਹੇ ਉਦਾਸੀਆਂ ਦੇ ਖਿਲਾਫ ਬੋਲਿਆ ਅਸੀਂ ਚੁੱਪ ਰਹੇ ਨਾਨਕਸਰੀਆਂ ਦੇ ਖਿਲਾਫ ਬੋਲਿਆ ਚੁੱਪ ਰਹੇ ਨਿੰਗਾ ਸਿੰਘਾਂ ਦੇ ਖਿਲਾਫ ਬੋਲਿਆ ਅਸੀਂ ਚੁੱਪ ਰਹੇ ਤੇ ਸਾਡੀ ਚੁੱਪ ਨੇ ਪਤਾ ਨਹੀਂ ਉਹਨਾਂ ਲੋਕਾਂ ਨੂੰ ਕਿੰਨੀ ਹੱਲਾਸ਼ੇਰੀ ਦਿੱਤੀ ਕਿ ਉਹ ਲੋਕ ਸਾਡੀਆਂ ਸੰਪਰਦਾਵਾਂ ਸਾਡੀਆਂ ਸਤਕਾਰਤ ਹਸਤੀਆਂ ਦੇ ਬਾਰੇ ਅਪਸ਼ਬਦ ਬੋਲਦੇ ਬੋਲਦੇ ਸਾਡੀ ਮਰਿਆਦਾ ਨੂੰ ਪੈ ਨਿਕਲੇ ਸਾਡੇ ਅਮਰ ਸੰਚਾਰ ਨੂੰ ਪੈ ਨਿਕਲੇ ਸਾਡੇ ਨਿੱਧ ਨੈਮ ਨੂੰ ਪੈ ਨਿਕਲੇ ਤੇ ਫਿਰ ਸਾਡੀ ਬਾਣੀ ਨੂੰ ਪੈ ਨਿਕਲੇ ਸਾਡੀ ਬਾਣੀ ਨੂੰ ਪੈ ਨਿਕਲੇ ਨੇ ਬਾਣੀ ਦੇ ਅਰਥਾਂ ਦੇ ਅਨਰਥ ਕਰਨ ਲੱਗ ਪਏ ਨੇ ਖਤਰਾ ਸਭ ਤੋਂ ਵੱਡਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਐ ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਐ ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਐ ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ ਸਾਧ ਸੰਗਤ ਜੀ ਤੇ ਇਕੱਠੇ ਹੋ ਸਾਰੀਆਂ ਸੰਪਰਦਾਵਾਂ ਅੱਜ ਬੈਠੀਆਂ ਨੇ ਸਾਰੀਆਂ ਜਥੇਬੰਦੀਆਂ ਬੈਠੀਆਂ ਨੇ ਸਾਰੇ ਇਹ ਪ੍ਰਣ ਕਰੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਸੀਂ ਬਾਹਾਂ ਬਣਾਂਗੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਂਗਲ ਉਠਦੀ ਹੈ ਤੇ 100 ਉਂਗਲ ਕਰਕੇ ਅਸੀਂ ਸਾਰੇ ਜਿਹੜੇ ਆ ਰਲ ਮਿਲ ਕੇ ਉਸ ਇੱਕ ਉਂਗਲ ਨੂੰ ਜਵਾਬ ਦੇਾਂਗੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨ ਮੱਤਾ ਸੁਨਹਿਰਾ ਇਤਿਹਾਸ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਦ ਸੰਗਤ ਜੀ ਲਿਖਿਆ ਜਾਊਗਾ ਇਨੇ ਸ਼ਬਦ ਪ੍ਰਵਾਨ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਮੈਂ ਸਾਰਿਆਂ ਨੂੰ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿਨਾ ਔਰ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਅਧਿਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਸੰਸਥਾ ਤੁਹਾਡੀ ਆਪਣੀ ਹੈ ਤੁਸੀਂ ਇਸ ਸੰਸਥਾ ਤੋਂ ਆਪਣਾ ਪਰਿਵਾਰ ਪਾਲਦੇ ਹੋ ਇਸ ਸੰਸਥਾ ਦੇ ਵਫਾਦਾਰ ਬਣੋ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਲਈ ਤੁਸੀਂ ਇਹਦੀ ਜੱਗ ਹਸਾਈ ਜਿਹੜੀ ਹੈ ਪ੍ਰੈਸ ਦੇ ਵਿੱਚ ਨਾ ਕਰੋ ਪ੍ਰੈਸ ਦੇ ਵਿੱਚ ਜੱਗ ਹਸਾਈ ਜਿਹੜੀ ਹੈ ਉਹ ਬਿਲਕੁਲ ਨਾ ਕਰੋ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਇਹ ਪਿੰਡਾਂ ਤੋਂ ਆਏ ਸਾਡੇ ਘਰਾਂ ਦੇ ਨੌਜਵਾਨ ਨੇ ਉਹ ਸ਼ਹੀਦੀ ਪਰਿਵਾਰਾਂ ਦੇ ਵਿੱਚੋਂ ਨਹੀਂ ਅੱਜ ਇਹਨਾਂ ਨੂੰ ਕਹਿੰਦੇ ਨਰੈਣੂ ਮੰਤ ਦੇ ਚਿੱਲ ਨਰੈਣੂ ਮੰਤ ਹੈ ਜੇ ਇਹ ਨਰੈਣੂ ਮੰਤ ਹੈ ਤੁਸੀਂ ਲక్ష్మణ ਸਿੰਘ ਢੀਰੋਵਾਲ ਕਿੱਧਰ ਹੋ ਗਏ ਤੁਸੀਂ ਕਰਤਾਰ ਸਿੰਘ ਛੱਬਰ ਵਰਗੇ ਕਿੱਧਰ ਹੋ ਗਏ ਤੁਸੀਂ ਜਥੇਦਰ ਤੇਜਾ ਸਿੰਘ ਪੁੱੱਤਰ ਵਰਗੇ ਕਦੋਂ ਹੋ ਗਏ ਅੱਜ ਸਾਡੀਆਂ ਸਤਕਾਰਤ ਹਸਤੀਆਂ ਦੇ ਕਰਤਾਰ ਦੇ ਉੱਤੇ ਉਹ ਉਂਗਲ ਠਾਰ ਰਹੇ ਹੈ ਜਿਨ੍ਹਾਂ ਦਾ ਆਪਦਾ ਖੁਦ ਦਾ ਕੋਈ ਕਿਰਦਾਰ ਨਹੀਂ ਹੈ ਤੇ ਅੱਜ ਲੋੜ ਹੈ ਆਪਣੀਆਂ ਸੰਸਥਾਵਾਂ ਬਚਾਉਣ ਦੀ ਚਾਹੇ ਉਹ ਬੁੱਢਾ ਦਾਲ ਹੈ ਚਾਹੇ ਉਹ ਤਰਨਾਂਦਾਲ ਹੈ ਚਾਹੇ ਉਹ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਸਿੰਘ ਸਭਾ ਲਹਿਰ ਹੈ ਚਾਹੇ ਕੋਈ ਵੀ ਸੰਸਥਾ ਹੈ ਅੱਜ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ